गुड मॉर्निंग स्टूडेंट्स। बेटा आज का अपना टॉपिक है ग्लोबल इनवायरमेंट इट्स इशू एंड इनिशिएटिव। इन रिलेटेड आप सारे ही शॉर्ट क्वेश्चन आंसर वन बाय वन वीडियो विच करांगे। इसका फर्स्ट क्वेश्चन बनता अपना कि वातावरण तो तुहाड़ा की भाव है। वातावरण दी कोई दो परिभाषा लिखो। वातावरण की है? कहता वातावरण प्रकृति तौर पर होंद विच आया अजिहा सिस्टम आ जिस विच एनर्जी होंदी आ, टैंपरेचर होंदा है, वाटर कह लो, वायुमंडल वगैरह, गैसा, हवा, अग, पानी, जीवाणु, पेड़ पौधे वगैरह, यानी कि सब कुछ शामिल हो जाता। जो भी तुसी सराउंडिंग विच आले दुआले जो कुछ भी वेखदे हो, लिविंग नॉन लिविंग थिंग्स, सारा कुछ जो भी वेखदे हो उह सारा कुछ की आ वातावरण। सिंपल वर्ड्स विच आपां कह सकदे हैगे आ कि मनुख के चारे पासे, मान लो कि तुहाडे चारे पासे जो भी लिविंग नॉन लिविंग थिंग्स वगैरह हैगियां, धरती तो लैके आकाश तक तुसी जो भी वेखदे हैगे हो, जो कुछ भी फैलिया होया, तुहानू जो कुछ भी नज़र आउंदा हैगा वा, वह सारा कुछ की आ वातावरण इनवायरमेंट विच इनकलूड हो जाता हैगा वा। वातावरण उह सारे प्रतख डायरैक्ट एंड इनडायरैक्ट दे जिहड़े एलीमेंट्स आ, प्रतख ते अप्रतख तत् हन जिन्हां नू मनुख नू चारे पासे घेरिया होया है। ਇਹ ਜਨਮ ਤੋਂ ਲੈ ਕੇ ਮਨ ਤੱਕ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ। ਤਾਂ ਹੀ ਉਹਦੇ ਕਹਿ ਦਿੰਦੇ ਨਾ ਕਿ ਜਿਹੋ ਜਿਹੇ ਵਾਤਾਵਰਨ ਵਿੱਚ ਮਨੁੱਖ ਪੈਦਾ ਹੁੰਦਾ ਹੈਗਾ ਵਾ ਉਹੋ ਜਿਹਾ ਹੀ ਉਹਦਾ ਸੁਭਾਅ, ਉਹਦੇ ਫਿਜੀਕਲ ਫੀਚਰਸ ਵਗੈਰਾ, ਉਹੋ ਜਿਹਾ ਸਭ ਕੁਛ ਬਣ ਜਾਂਦਾ। ਇਟ ਮੀਨਸ ਡਾਇਰੈਕਟ ਜਾਂ ਇਨਡਾਇਰੈਕਟ ਵੇ ਨਾ ਵਾਤਾਵਰਨ ਜਿਹੜਾ ਹੈਗਾ ਇਨਵਾਇਰਮੈਂਟ ਸਾਨੂੰ ਜ਼ਰੂਰ ਅਫੈਕਟ ਕਰਦਾ ਹੈਗਾ ਵਾ। ਵੁਡਸਵਰਥ ਜਿਹੜਾ ਹੈਗਾ ਇੰਗਲਿਸ਼ ਦਾ ਬਹੁਤ ਵੱਡਾ ਪੋਇਟ ਵਾ, ਉਸਨੇ ਵੀ ਇਹੋ ਚੀਜ਼ ਕਹੀ ਆ। ਕਹਿੰਦਾ ਜੀਨਸ, ਜਿਵੇਂ ਕਹਿੰਦੇ ਨਾ ਵੀ ਆਪਣੇ ਪੇਰੈਂਟਸ ਤੋਂ ਸਾਨੂੰ ਜੀਨਸ ਵਗੈਰਾ ਮਿਲਦੇ ਆ, ਆਪਣੇ ਨੈਣ ਨਕਸ਼ੋ ਫੀਚਰਸ ਵਗੈਰਾ ਜੋ ਪੇਰੈਂਟਸ ਦੇ ਹੁੰਦੇ ਆ ਉਹੀ ਸੇਮ ਟੂ ਸੇਮ ਸਾਡੇ ਹੁੰਦੇ ਆ। ਕਹਿੰਦਾ ਉਹਨਾਂ ਨੂੰ ਚੇਂਜ ਕਰਨ ਤੋਂ ਬਿਨਾਂ ਬਾਕੀ ਸਭ ਕੁਝ ਸਾਡਾ ਚੇਂਜ ਹੋ ਜਾਂਦਾ ਹੈ। ਮਤਲਬ ਕਿ ਫੀਚਰਸ ਵਗੈਰਾ ਨਹੀਂ, ਚਲੋ ਜੋ ਪੇਰੈਂਟਸ ਦੇ ਜੀ ਫੀਚਰਸ ਹੋਣਗੇ, ਨੈਣ ਨਕਸ਼ ਵਗੈਰਾ ਹੋਣਗੇ, ਕੱਦ ਕਾਠ ਹੋਏਗਾ, ਉਹੀ ਵਿੱਚ ਸਾਡਾ ਹੋਏਗਾ। ਬਟ ਉਹੀ ਬੱਚਾ, ਮੰਨ ਲਓ ਇੱਕ ਪੰਜਾਬ ਦਾ ਬੱਚਾ ਜਿਹੜਾ ਹੈਗਾ ਵਾ, ਉਹ ਜਾ ਕੇ ਇੰਗਲੈਂਡ ਵਿੱਚ ਜਾ ਕੇ ਬਾਅਦ ਵਿੱਚ ਉਹਦੀ ਪਰਵਰਿਸ਼ ਹੁੰਦੀ ਹੈਗੀ ਆ, ਤਾਂ ਉਹਦਾ ਵੇ ਆਫ ਵਾਕਿੰਗ, ਟੋਕਿੰਗ, ਡਰੈਸਿੰਗ ਵਗੈਰਾ ਸਭ ਕੁਛ ਉਹੋ ਜਿਹਾ ਹੋ ਜਾਏਗਾ। ਬਟ ਜੇ ਕਿ ਇੰਗਲੈਂਡ ਦਾ ਬੱਚਾ ਪੰਜਾਬ ਵਿੱਚ ਰਹਿਣਾ ਸ਼ੁਰੂ ਕਰ ਦੇ ਤਾਂ ਠੀਕ ਆ, ਉਹ ਵੇਖਣ ਨੂੰ ਗੋਰਾ ਲੱਗੇਗਾ, ਬਟ ਉਹਦਾ ਖਾਣ ਪੀਣ, ਪਹਿਰਾਵਾ ਸਭ ਕੁਛ ਉਹਦੇ ਵਰਗਾ ਬਣ ਜਾਏਗਾ। ਇਟ ਮੀਨਸ ਵੁਡਸਵਰਥ ਕੀ ਕਹਿੰਦਾ ਹੈ ਕਿ ਜੀਨਸ ਤੋਂ ਇਲਾਵਾ ਉਹ ਸਭ ਕੁਝ ਜੋ ਮਨੁੱਖ ਨੂੰ ਪ੍ਰਭਾਵਿਤ ਕਰਦਾ ਵਾ ਉਹ ਕਿਹਦੇ ਅੰਡਰ ਆਉਂਦਾ ਵਾ? ਇਨਵਾਇਰਮੈਂਟ ਦੇ। ਠੀਕ ਹੈ, ਕਹਿੰਦਾ ਭਾਵ ਗਰਭ ਅਵਸਥਾ ਤੋਂ ਲੈ ਕੇ ਮੌਤ ਤੱਕ ਜਿਹੜਾ ਹੈਗਾ ਵਾ ਵਾਤਾਵਰਨ ਸਾਨੂੰ ਪ੍ਰਭਾਵਿਤ ਕਰਦਾ ਹੈਗਾ। ਡਾਕਟਰ ਏ ਐਨ ਮਿਸ਼ਰਾ ਕਹਿੰਦਾ ਕਿ ਵਾਤਾਵਰਨ ਤੋਂ ਸਾਡਾ ਭਾਵ ਇੱਕ ਅਜਿਹੇ ਪਰਦੇ ਤੋਂ ਹੈ ਜਿਸ ਨੂੰ ਸਾਡੇ ਜੀਵਨ ਚਾਰੇ ਪਾਸੇ ਘੇਰ ਕੇ ਰੱਖਿਆ ਹੋਇਆ ਵਾ। ਇਹ ਪਰਦੇ ਵਿੱਚ ਅਸੀਂ ਸਾਰੀਆਂ ਵਸਤੂਆਂ ਸ਼ਾਮਿਲ ਕਰ ਰਹੇ ਹਾਂ ਜਿਸ ਨੂੰ ਆਪਾਂ ਵੇਖਦੇ ਹਾਂ ਜਾਂ ਐਕਸਪੀਰੀਅੰਸ ਕਰਦੇ ਹਾਂ। ਆਈ ਹੋਪ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਵਾਤਾਵਰਨ ਤੋਂ ਕੀ ਭਾਵ ਹੈ। ਥੈਂਕਸ ਬੇਟਾ।